ਸਤਿ ਸ਼੍ਰੀ ਅਕਾਲ ਜੀ, ਮੈਂ ਰਾਹੁਲ ਗੁਪਤਾ ਕੋਵਿਡ ਸਟੇਟ ਕੰਟਰੋਲ ਰੂਮ ਦਾ ਮੈਂਬਰ ਹਾਂ ਅਤੇ ਕੋਰੋਨਾ ਵਾਇਰਸ ਦੇ ਨਾਲ ਸੰਬੰਧਿਤ ਪਿਛਲੇ 24 ਘੰਟਿਆਂ ਵਿੱਚ ਵਾਪਰੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਆਇਆ ਹਾਂ। ਪੰਜਾਬ ਵਿੱਚ ਅੱਜ ਤੱਕ ਕੁੱਲ 4,281 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 170 ਸੈਂਪਲ ਪੋਜ਼ਿਟਿਵ ਪਾਏ ਗਏ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਕਾਰਨ ਕਿਸੇ ਦੀ ਵੀ ਮੌਤ ਦੀ ਸੂਚਨਾ ਨਹੀਂ ਆਈ ਹੈ। ਤਸੱਲੀ ਬਖਸ਼ ਗੱਲ ਇਹ ਵੀ ਹੈ ਕਿ 23 ਲੋਕ ਠੀਕ ਹੋ ਗਏ ਹਨ। ਵਿਸ਼ਵ ਭਰ ਵਿੱਚ ਹੁਣ ਤੱਕ 17,77,000 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ, ਜਿਸ ਵਿੱਚੋਂ 1,09,000 ਦੀ ਮੌਤ ਹੋ ਚੁੱਕੀ ਹੈ ਅਤੇ 4,12,000 ਲੋਕ ਠੀਕ ਹੋ ਗਏ ਹਨ। ਭਾਰਤ ਵਿੱਚ ਲਗਭਗ 8,300 ਲੋਕ ਇਸ ਬਿਮਾਰੀ ਨਾਲ ਇਨਫੈਕਟ ਹੋਏ ਹਨ ਅਤੇ 273 ਦੀ ਮੌਤ ਹੋ ਚੁੱਕੀ ਹੈ। ਮੈਡੀਕਲ ਸਟੱਡੀਜ਼ ਨੇ ਵਿਖਾਇਆ ਹੈ ਕਿ ਸੋਸ਼ਲ ਡਿਸਟੈਂਸਿੰਗ ਦੇ ਨਾਲ ਨਾਲ ਮਾਸਕ ਪਾਉਣ ਨਾਲ ਕੋਰੋਨਾ ਵਾਇਰਸ ਦੇ ਫੈਲਾਓ ਨੂੰ ਘਟਾਇਆ ਜਾ ਸਕਦਾ ਹੈ। ਜਿਸ ਦੇ ਸਿੱਟੇ ਵਜੋਂ ਸਰਕਾਰ ਵੱਲੋਂ ਘਰ ਤੋਂ ਬਾਹਰ ਜਾਣ ਵਾਲਿਆਂ ਲਈ ਮਾਸਕ ਪਾਉਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਟ੍ਰਿਪਲ ਲੇਅਰਡ ਮਾਸਕ ਦੇ ਨਾਲ ਨਾਲ ਘਰ ਬਣਾਏ ਸੂਤੀ ਕੱਪੜੇ ਦਾ ਮਾਸਕ, ਰੁਮਾਲ, ਦੁਪੱਟਾ ਆਦਿ ਵੀ ਮਾਸਕ ਵਜੋਂ ਵਰਤੋਂ ਕੀਤੇ ਜਾ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਫਸੇ 825 ਵਿਦੇਸ਼ੀ ਨਾਗਰਿਕਾਂ ਨੂੰ ਪਿਛਲੇ 10 ਦਿਨਾਂ ਦੇ ਵਿੱਚ ਉਹਨਾਂ ਦੇ ਸੰਬੰਧਿਤ ਮੁਲਕਾਂ ਵਿੱਚ ਵਾਪਸ ਪਰਤਣ ਵਿੱਚ ਮਦਦ ਕੀਤੀ ਗਈ ਹੈ। ਪੰਜਾਬ ਸਰਕਾਰ ਕਿਸਾਨਾਂ ਦੀ ਸਮੁੱਚੀ ਕਣਕ ਦੀ ਖਰੀਦ ਅਤੇ ਚੁਕਾਈ ਲਈ ਵਚਨਬੱਧ ਹੈ। ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਆੜ੍ਹਤੀਆਂ ਦੇ ਨਾਲ ਸੰਪਰਕ ਰੱਖਣ ਅਤੇ ਉਹਨਾਂ ਦੇ ਕੋਲੋਂ ਪਰਚੀ ਪ੍ਰਾਪਤ ਕਰ ਲੈਣ, ਜਿਸ ਤੋਂ ਉਹਨਾਂ ਨੂੰ ਪਤਾ ਰਹੇਗਾ ਕਿ ਉਹ ਕਿਹੜੀ ਮੰਡੀ ਦੇ ਵਿੱਚ ਕਿਸ ਦਿਨ ਕਿੰਨੀ ਟਰਾਲੀਆਂ ਕਣਕ ਲਿਜਾ ਸਕਦੇ ਹਨ। ਇਸ ਦੇ ਨਾਲ ਖਰੀਦ ਨੂੰ ਲੰਬੇ ਸਮੇਂ ਤੱਕ ਵਧਾਇਆ ਜਾ ਸਕੇਗਾ ਅਤੇ ਮੰਡੀਆਂ ਵਿੱਚ ਹੋਣ ਵਾਲੀ ਭੀੜ ਤੋਂ ਬਚਿਆ ਜਾ ਸਕੇਗਾ। ਸਰਕਾਰ ਵੱਲੋਂ ਕੋਰੋਨਾ ਦੇ ਮਰੀਜ਼ ਦੀ ਡੈੱਡ ਬੋਡੀ ਦੇ ਸੰਸਕਾਰ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਕੋਰੋਨਾ ਕਾਰਨ ਹੋਈ ਮੌਤ ਦੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮ੍ਰਿਤਕ ਸਰੀਰ ਨੂੰ ਡਿਸਇਨਫੈਕਟ ਅਤੇ ਰੈਪ ਕਰਕੇ ਸ਼ਮਸ਼ਾਨ ਘਾਟ ਵਿਖੇ ਸਰਕਾਰੀ ਗੱਡੀ ਦੇ ਵਿੱਚ ਹੀ ਲਿਜਾਇਆ ਜਾਵੇਗਾ। ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਸੰਸਕਾਰ ਤੋਂ ਇਨਕਾਰ ਕਰਨ ਦੀ ਸੂਰਤ ਵਿੱਚ ਸਰਕਾਰ, ਸਥਾਨਕ ਸਰਕਾਰ, ਪੰਚਾਇਤ ਆਪਣੇ ਆਪ ਸਾਰਾ ਪ੍ਰਬੰਧ ਕਰੇਗੀ। ਜਿੱਥੇ ਕਿਸੇ ਵੀ ਰਿਸ਼ਤੇਦਾਰ ਸੰਸਕਾਰ ਲਈ ਸਹਿਮਤ ਹੋਣ, ਉੱਥੇ ਸਰਕਾਰ ਉਹਨਾਂ ਦੀ ਪੂਰੀ ਮਦਦ ਕਰੇਗੀ ਅਤੇ ਪ੍ਰੋਟੋਕੋਲ ਮੁਤਾਬਿਕ ਬੋਡੀ ਨੂੰ ਡਿਸਪੋਜ਼ ਆਫ ਕਰਵਾਏਗੀ। ਲੋਕਡਾਊਨ ਕਾਰਨ ਮੁਸ਼ਕਲਾਂ ਦਾ ਹੱਲ ਕਰਨ ਲਈ ਸਰਕਾਰ ਵੱਲੋਂ 24 ਘੰਟੇ ਚੱਲਣ ਵਾਲੇ ਹੈਲਪਲਾਈਨ ਨੰਬਰ 104, 108, 112 ਸਥਾਪਿਤ ਕੀਤੇ ਗਏ ਹਨ, ਜਿੱਥੇ ਆਪ 24 ਘੰਟੇ ਗੱਲ ਕਰਕੇ ਆਪਣੀ ਮੁਸ਼ਕਲ ਦਾ ਹੱਲ ਕਰਵਾ ਸਕਦੇ ਹੋ। ਆਪ ਸਭ ਨੂੰ ਬਹੁਤ ਦਿਲੋਂ ਬੇਨਤੀ ਹੈ ਕਿ ਇਸ ਸੁਵਿਧਾ ਦਾ ਵੱਧ ਤੋਂ ਵੱਧ ਆਪ ਲਾਭ ਉਠਾਓ। ਅੱਜ ਇੰਨਾ ਹੀ। ਧੰਨਵਾਦ।